ਭਾਵੇਂ ਕਿ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਸੂਬਾ ਪ੍ਰਧਾਨ ਬਣਨ ਦੇ ਨਾਲ ਪਾਰਟੀਆਂ ਦੀਆਂ ਅੰਦਰੂਨੀ ਖਹਿਬਾਜ਼ੀਆਂ ਅਤੇ ਗੁੱਟਬੰਦੀ ਦੇ ਖਤਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਕਾਂਗਰਸ ਪਾਰਟੀ ਦੇ ਮੌਜੂਦਾ ਹਾਲਾਤ ਕੁਝ ਹੋਰ ਹੀ ਕਹਿ ਰਹੇ ਨੇ। ਤਾਜ਼ਾ ਮਾਮਲਾ ਇਹ ਪਾਰਟੀ ਦੇ ਦੋ ਸੀਨੀਅਰ ਲੀਡਰਾਂ ਦਰਮਿਆਨ ਖਹਿਬਾਜ਼ੀ ਅਤੇ ਧੱਕਾਮੁੱਕੀ ਹੋਣ ਦਾ ਮੌਕਾ ਸੀ। ਮਾਘੀ ਦੇ ਮੇਲੇ ਉੱਤੇ ਕੀਤੀ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਸੱਦੀ ਗਈ ਮੀਟਿੰਗ ਦਾ ਇਸ ਸਮੇਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗਾ ਅਤੇ ਗਿੱਦੜਬਾਹਾ ਦੇ ਸਾਬਕਾ MLA ਰਘਵੀਰ ਸਿੰਘ ਦਰਮਿਆਨ ਪਾਰਟੀ ਦੇ ਵਿੱਚ ਹੀ ਆਪਸ 'ਚ ਤਕਰਾਰ ਹੋਈ, ਜੋ ਬਾਅਦ ਦੇ ਵਿੱਚ ਧੱਕਾਮੁੱਕੀ ਤੱਕ ਚਲੀ ਗਈ। ਤੁਹਾਨੂੰ ਇੱਕ ਵਾਰ ਫਿਰ ਦਿਖਾ ਦਈਏ ਕਿ ਕਿਸ ਤਰ੍ਹਾਂ ਦੋਵਾਂ ਲੀਡਰਾਂ ਨੇ ਕਈ ਸੀਨੀਅਰ ਲੀਡਰਾਂ ਦੀ ਮੌਜੂਦਗੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਇੱਕ ਦੂਜੇ ਨੂੰ ਗਾਲਾਂ ਕੱਢਣ ਤੋਂ ਵੀ ਗਰੇਜ਼ ਨਾ ਕੀਤਾ।